ਆਪ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਡੇਰਾ ਸੱਚਾ ਸੋਦਾ ਮੁਖੀ ਵੱਲੋਂ ਜਿਹੜਾ ਪੱਤਰ ਲਿਖਿਆ ਗਿਆ ਸਪਸ਼ਟੀਕਰਨ ਦਿੱਤਾ ਗਿਆ ਉਸ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋਇਆ ਹੈ ਮਾਫੀ ਦੇ ਮੁੱਦੇ ਨੂੰ ਲੈ ਕੇ ਗਲੋਬਲ ਪੰਜਾਬ ਟੀਵੀ ਤੇ ਅਸੀਂ ਦੋ ਪੜਾਵੀ ਚਰਚਾ ਕਰ ਰਹੇ ਹਾਂ। ਪਹਿਲੇ ਪੜਾਵੀ ਚਰਚਾ ਚ ਕਈ ਅਹਿਮ ਸਵਾਲ ਉੱਠੇ ਹੈ। ਅਸੀਂ ਆਪਣੇ ਉਹਨਾਂ ਹੀ ਮਹਿਮਾਨਾਂ ਦੇ ਨਾਲ ਪਾਈ ਅਸ਼ੋਕ ਸਿੰਘ ਬਾਗੜੀਆਂ, ਸਾਹ ਕਰਨੈਲ ਸਿੰਘ ਪੰਜੋੜੀ, ਪ੍ਰੋਫੈਸਰ ਸ਼ਾਮ ਸਿੰਘ। ਤਿੰਨੇ ਮਹਿਮਾਨਾਂ ਨੂੰ ਜਿੱਥੇ ਜੀ ਆਖਦੇ ਆਂ ਉੱਥੇ ਅਸੀਂ ਇਨਾਂ ਹੀ ਮਹਿਮਾਨਾਂ ਦੇ ਨਾਲ ਦੂਜੇ ਪੜਾਵੀ ਚਰਚਾ ਵੀ ਜਾਰੀ ਰੱਖ ਰਿਹਾ ਜਿਹੜੇ ਪਹਿਲੇ ਪੜਾ ਦੀ ਚਰਚਾ ਚ ਕੀ ਅਹਿਮ ਸਵਾਲ ਅਸੀਂ ਨਹੀਂ ਲੈ ਸਕੇ ਇਸ ਦੇ ਲਈ ਦਰਸ਼ਕਾਂ ਦੇ ਅੱਗੇ ਹਾਜ਼ਰ ਹਾਂ ਭਾਈ ਬਗੜੀ ਜੀ ਜਦੋਂ ਆਪਾਂ ਚਰਚਾ ਪਹਿਲੇ ਪੜਾਚ ਕਰ ਰਹੇ ਸੀ ਉਹਦੇ ਚ ਤੁਸੀਂ ਕਿਤੇ ਬਾਰ ਮੀਡੀਆ ਚ ਕਮੈਂਟ ਵੀ ਕੀਤਾ ਇਹ ਗੱਲ ਵੀ ਬੜੀ ਹੈ ਮੈਂ ਕਿ ਜਦੋਂ ਹੁਣ ਮਾਫੀ ਦੀ ਗੱਲ ਆਈ ਹੈ ਤਾਂ ਜਿਨ੍ਹਾਂ ਦੇ ਪਰਿਵਾਰਾਂ ਦੇ ਲੋਕ ਮਾਰੇ ਗਏ ਐ ਇੰਨਾ ਵੱਡਾ ਨੁਕਸਾਨ ਹੋਇਆ ਆਖਰ ਉਹਨਾਂ ਦਾ قصور ਕੀ ਸੀ ਜਾਂ ਉਹਨਾਂ ਨੂੰ ਕੀ ਇਨਸਾਫ ਮਿਲਿਆ ਜਿਹੜੇ ਤੁਹਾਡੇ ਸੱਦੇ ਦੇ ਆਪਣੇ ਜਾਨਾਂ ਦੇ ਬੈਠੇ ਇਸ ਰਾਤ ਦੀ ਅਖਬਾਰ ਦੇ ਵਿੱਚ ਮੈਂ ਇਹੀ ਬੇਨਤੀ ਕੀਤੀ ਸੀ ਕਿ ਕਮ ਸੇ ਕਮ ਜੇ ਕੁਛ ਨਹੀਂ ਤਾਂ ਉਹਨਾਂ ਦੇ ਜਿਹੜੇ ਵਾਰਿਸ ਸੀਗੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਉਹਨਾਂ ਨੂੰ ਪੁੱਛ ਹੀ ਲੈਂਦੇ ਕਿ ਭਾਈ ਸਾਡੇ ਕੋਲ ਆ ਬੇਨਤੀ ਆਈ ਹੈ ਕੀ ਕਰੀਏ ਕਮ ਸੇ ਕਮ ਉਹਨਾਂ ਦੇ ਘਾਟਾ ਦਾ ਪੂਰਾ ਨਹੀਂ ਹੋ ਸਕਦਾ ਲੇਕਿਨ ਉਹਨਾਂ ਨੂੰ ਮਾੜੀ ਮੋਟੀ ਤਸਕੀਨ ਤਾਂ ਮਿਲ ਸਕਦੀ ਸੀ ਨਾ ਵੀ ਸਾਡੀ ਸੁਣਵਾਈ ਹੈ ਭਾਈ ਭਗਦੇ ਜੀ ਮੈਂ ਸੋਰੀ ਮੈਂ ਵਿਚੋ ਟੋਕੇ ਤੁਹਾਨੂੰ ਪੁੱਛ ਰਿਹਾ ਸੀ ਦਰਸ਼ਕਾਂ ਲਈ ਕਿਉਂਕਿ ਬੜੀ ਅਹਿਮ ਗੱਲ ਹੈ ਜਦੋਂ ਅਸੀਂ ਮੋਰਚੇ ਲਾਉਨੇ ਆ ਲੜਾਈਆਂ ਲੜਦੇ ਆ ਤਾਂ ਸਿੰਘ ਜਿਹੜਾ ਹੈਗਾ ਸੱਦਿਆਂ ਦੇ ਉੱਤੇ ਬੜੀਆਂ ਕੁਰਬਾਨੀਆਂ ਦਿੰਦੇ ਆ ਕੀ ਬਾਅਦ ਚ ਜਿਹੜੀ ਸਿੱਖ ਕੌਮ ਹੈ ਹੁਣ ਜਿੰਨਾ ਲੋਕਾਂ ਨੇ ਉਸ ਮੌਕੇ ਦੇ ਉੱਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਲੋਕ ਚਲੇ ਗਏ ਉਹਨਾਂ ਨੂੰ ਬਾਅਦ ਚ ਸਿੱਖ ਜਥੇਬੰਦੀਆਂ ਨੇ ਸਿੱਖ ਭਾਈਚਾਰੇ ਨੇ ਅਕਾਲੀ ਦਲ ਨੇ ਸਰਕਾਰਾਂ ਨੇ ਕਿਸੇ ਨੇ ਸਾਰ ਲਈ ਉਹਨਾਂ ਦੀ ਸਿੱਧੂ ਸਾਹਿਬ ਸਿੱਧੂ ਸਾਹਿਬ ਵੀ ਇਹ ਇਹ ਗੱਲ ਨਹੀਂ ਅਸਲ ਵਿੱਚ ਗੱਲ ਇਹ ਆ ਕਿ ਜਥੇਦਾਰ ਸਾਹਿਬ ਜੀ ਨੇ ਹੁਕਮਨਾਮੇ ਵਿੱਚ ਸ਼ਬਦ ਵਰਤੇ ਹੋਏ ਨੇ ਕਿ ਉਹਨਾਂ ਦਾ ਹਰ ਤਰ੍ਹਾਂ ਨਾਲ ਵਿਰੋਧ ਕੀਤਾ ਜਾਵੇ ਜੀ ਜਦੋਂ ਸਤਸੰਗ ਕਰਦੇ ਸੀ ਤਾਂ ਲੋਕ ਸਿੱਖ ਜਿਹੜੇ ਸੀ ਉਹ ਵਿਰੋਧ ਕਰਦੇ ਸੀ ਤੇ ਵਿਰੋਧ ਕਰਨ ਵਾਲਿਆਂ ਉੱਤੇ ਪੁਲਿਸ ਗੋਲੀਆਂ ਚਲਾਉਂਦੀ ਸੀ ਤੇ ਉਹ ਜਿਹੜੀ ਸ਼ਹਾਦਤ ਹੋਈ ਆ ਉਹ ਅਕਾਲ ਤਖਤ ਦੇ ਹੁਕਮਨਾਮੇ ਦੀ ਪੂਰਤੀ ਖਾਤਰ ਹੋਈ ਜੀ ਜੀ ਸ਼ਹਾਦਤ ਇਸ ਕਰਕੇ ਅਕਾਲ ਤਖਤ ਦੇ ਜਥੇਦਾਰ ਸਹਿਬਾਨਾਂ ਨੂੰ ਇਹ ਅਦਕਾਰ ਹਰਗिज ਨਹੀਂ ਦਿੱਤਾ ਜਾ ਸਕਦਾ ਕਿ ਤੁਸੀਂ ਕੌਣ ਦੇ ਜਜ਼ਬਾਤਾਂ ਦਾ ਘਾਣ ਕਰਕੇ ਕਿਸੇ ਬੰਦੇ ਨੂੰ ਬਾਪ ਕਰਨ ਦਾ ਯਤਨ ਕਰੋ ਓਕੇ ਪ੍ਰਸ਼ਨ ਜਿਹੜਾ ਇਹ ਇਸ਼ੂ ਬੜਾ ਇੰਪੋਰਟੈਂਟ ਹੈਗਾ ਕਿ ਜਿਨ੍ਹਾਂ ਲੋਕਾਂ ਨੇ ਉਦੋਂ ਅਕਾਲ ਤੱਕ ਦੇ ਸੱਦੇ ਦੇ ਉੱਤੇ ਆ ਕੇ ਵਿਰੋਧ ਕੀਤਾ ਪ੍ਰੋਟੈਸਟ ਹੈ ਗੋਲੀਆਂ ਵੀ ਖਾਧੀਆਂ ਜਾਂਨਾਂ ਗਈਆਂ ਜਿਹੜੀਆਂ ਹੈਗੀਆਂ ਉਹਨਾਂ ਪਰਿਵਾਰਾਂ ਦਾ ਕੀ ਕਸੂਰ ਆਖਰਸੀਂ ਕਹਿੰਨੇ ਆ ਕਿ ਚਲੋ ਸ਼ਾਂਤੀ ਹੋਣੀ ਚਾਹੀਦੀ ਹੈ ਸਾਂਝੀ ਵਾਲਤਾ ਹੋਣੀ ਚਾਹੀਦੀ ਹੈ ਅਗਰ ਜਿੱਥੇ ਬੇਇਨਸਾਫੀ ਹੋਈ ਹੈ ਤਾਂ ਇੱਕ ਦੁਨਿਆਵੀ ਗੱਲ ਵੀ ਹੈ ਕਿ ਇਨਸਾਫ ਤਾਂ ਮਿਲਣਾ ਚਾਹੀਦਾ ਹਾਂ ਮੈਂ ਤਾਂ ਪਹਿਲਾਂ ਹੀ ਕਿਹਾ ਤੁਹਾਨੂੰ ਪੇ 10 ਬੰਦਿਆਂ ਦਾ ਬੋਰਡ ਉਹਨਾਂ ਵੀ ਸੂਝਬਾਨ ਲੋਕ ਪੰਥਕ ਸੋਚ ਵਾਲੇ ਲੋਕ ਜੀ 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 ਪੰਜਾਬ ਦੇ ਹਿੱਤ ਵਾਲੇ ਲੋਕ ਮਨੁੱਖਤਾ ਦੇ ਹਿੱਤ ਵਾਲੇ ਲੋਕ ਸ਼ਾਮਿਲ ਕੀਤੇ ਜਾਣ ਮੈਂ ਇਹਨਾਂ ਦੀ ਗੱਲ ਬਹੁਤ ਠੀਕ ਹੈ ਕਿ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਦਾ ਕੀ ਕਸੂਰ ਹੈ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਉਹਨਾਂ ਨੂੰ ਉੱਥੇ ਸਦਕੇ ਉਨਾ ਦੀ ਰਾਏ ਲੈਣੀ ਚਾਹੀਦੀ ਸੀ ਇਹ ਬਿਲਕੁਲ ਮੈਂ ਇਹਨਾਂ ਦਾ ਸਮਰਥਨ ਕਰਦਾ ਇਸ ਗੱਲ ਦਾ ਔਰ ਇਹਦੇ ਨਾਲ ਉਹਨਾਂ ਪਰਿਵਾਰਾਂ ਦੇ ਮਨ ਸ਼ਾਂਤ ਹੁੰਦੇ ਸ਼ਾਮ ਸਿੰਘ ਦੀ ਰਾਏ ਤਾਂ ਤਾਂ ਲਤੀ ਜਾਂਦੀ ਹੁੰਦੀ ਹੈ ਵੀ ਜੇ ਉਸ ਬੰਦੇ ਨੇ ਅਕਾਲ ਤਖ਼ਤ ਸਾਹਿਬ ਨੂੰ ਮਾਫੀ ਨਾਮਾ ਲਿਖਤੀ ਭੇਜਿਆ ਹੋਵੇ ਉਹਨੇ ਇਹ ਮੰਨਿਆ ਹੋਵੇ ਕਿ ਮੈਂ ਗੁਨਾਹ ਕੀਤਾ ਮੇਤੋ ਪਾਪ ਹੋ ਗਿਆ ਬੱਜਰ ਗੁਨਾਹ ਹੋ ਗਿਆ ਮੈਂ ਅਕਾਲ ਤਖ਼ਤ ਸਾਹਿਬ ਨੂੰ ਇਹ ਬੇਨਤੀ ਪੱਤਰ ਭੇਜਦਾ ਮੇਰੀ ਬੇਨਤੀ ਤੇ ਪ੍ਰਵਾਨ ਕੀਤਾ ਜਾਵੇ ਮੈਨੂੰ ਮਾਫ਼ ਕੀਤਾ ਜਾਵੇ ਫਿਰ ਸਿੰਘ ਸਹਿਬਾਨ ਤੁਸੀਂ ਸਾਰੇ ਪ੍ਰੋਸੀਜਰ ਨੂੰ ਜਾਣਦੇ ਹੋ ਫਿਰ ਸਿੰਘ ਸਾਹਿਬਾ ਦੇਖੋ ਫਿਰ ਸਿੰਘ ਸਹਿਬਾਨ ਪੰਥ ਨੂੰ ਸੱਦਦੇ ਵੀ ਆ ਉਹਦਾ ਪੱਤਰ ਆਇਆ ਦੱਸੋ ਇਹਦੇ ਪੱਤਰ ਦੇ ਕੀ ਕਰਨਾ ਜੀ ਜਦੋਂ ਪੇਸ਼ ਹੋ ਉਹ ਕੇ ਪੇਸ਼ ਹੀ ਨਹੀਂ ਹੋਇਆ ਜਦੋਂ ਜੀ ਪੱਤਰੇ ਨਹੀਂ ਪੇਸ਼ ਹੋਇਆ ਕੋਈ ਉਹ ਮੈਨੂੰ ਇਸ ਗੱਲ ਤੇ ਹਰਾਨੀ ਆ ਭਈ ਇਹਦੇ ਵਿੱਚ ਸਿੱਖ ਵਿਦਵਾਨ ਵੀ ਪਾਟੋ ਧੜ ਹੋ ਗਏ ਸਿੱਖ ਜਥੇਬੰਦੀਆਂ ਵੀ ਪਟਵਟੜ ਹੋ ਗਈ ਜੀ ਜੀ ਤੇ ਨਾਲ ਦੀ ਨਾਲ ਸ਼ਰੂਮਣੀ ਕਮੇਟੀ ਦੇ ਮੋਰੀ ਖਾਸ ਕਰਕੇ ਇਹਨਾਂ ਬੰਦੇ ਇੱਕ ਤਾਂ ਸਾਡੇ ਨਾਲ ਪੰਜੋਲੀ ਸਾਹਿਬ بیٹھے ਨੇ ਸੁਖਦੇਵ ਸਿੰਘ ਭੌਰ ਕਿਨ ਜੋਤਕੌਰ ਇਹ ਸੀਨੀਅਰ ਮੈਂਬਰ ਨੇ ਔਰ ਉਹਦਿਆਂ ਤੇ ਬਰਾਜਮਾਨ ਹੋਏ ਜੀ ਜੀ ਇਹ ਜਦੋਂ ਉਹ ਸੋਚ ਦੇ ਖਿਲਾਫ ਬੋਲਦੇ ਆ ਤੇ ਇਹਨਾਂ ਦਾ ਨੋਟਸ ਲੈਣਾ ਬਹੁਤ ਜ਼ਰੂਰੀ ਬਣਦਾ ਜੀ ਜੀ ਸਿੰਘ ਜੀ ਮੇਰੀ ਇੱਕ ਗੱਲ ਸੁਣੋ ਅਸੀਂ ਅਸੀਂ ਸਹੀ ਅਰਥਾਂ ਵਿੱਚ ਪੰਥਕ ਵਿਚਾਰਧਾਰਾ ਨੂੰ ਬਚਾਉਣਾ ਚਾਹੁੰਦੇ ਆ ਅਕਾਲੀ ਧਾਰਾ ਨੂੰ ਬਚਾਉਣਾ ਚਾਹੁੰਦੇ ਆ ਦੇਖੋ ਮੈਂ ਤੁਹਾਨੂੰ ਇੱਕ ਗੱਲ ਸੁਣਾ ਮੈਂ ਜਿਸ ਬੰਦੇ ਨੇ ਵੀ ਕਿਸੇ ਨਾ ਕਿਸੇ ਵਿੰਗੇ ਟੇਡੇ ਢੰਗ ਨਾਲ ਸਰਸੇ ਵਾਲੇ ਸਾਧ ਤੋਂ ਮਦਦ ਲੈਣ ਦਾ ਯਤਨ ਕੀਤਾ ਉਹਦਾ ਬੇੜਾ ਹੀ ਬੈਠਿਆ ਉਹਦਾ ਨੁਕਸਾਨ ਹੀ ਹੋਇਆ ਦਿੱਲੀ ਵਿੱਚ ਭਾਜਪੀ ਨੇ ਮਤਲਬ ਸਰਸੇ ਵਾਲੇ ਸਾਧ ਨਾਲ ਸੌਦਾ ਕਰਨ ਦਾ ਯਤਨ ਕੀਤਾ ਵੀ ਸਾਡੀ ਹਮਾਇਤ ਕਰ ਉਹ ਭਾਜਪੀ ਦਾ ਹਰੀ ਯਾਰੀ ਨਾਲ ਚਾਰ ਸਿੱਖ ਵੀ ਆ ਗਏ ਤੇ ਮੈਂ ਇਹ ਸਮਝਦਾ ਹਾਂ ਵੀ ਸਿੱਖਾਂ ਦਾ ਗੁੱਸਾ ਅਕਾਲੀ ਦਲ ਦੇ ਵਿਰੋਧ ਵਿੱਚ ਪਾਕੇਗਾ ਸੁਨੀਸਾ ਇਹਨਾਂ ਦੀ ਗੱਲ ਜਿਹੜੀ ਇਸ ਇਸ਼ੂ ਦੇ ਉੱਤੇ ਗੱਲ ਕਰ ਰਹੇ ਕਿ ਜਦੋਂ ਤੁਸੀਂ ਇੱਕ ਨਮਾਇੰਦਾ ਉਹਦੇ ਵਿੱਚ ਬੈਠੇ ਹੋ ਸੀਨੀਅਰ ਪੋਜੀਸ਼ਨਾਂ ਦੇ ਵਿੱਚ ਬੈਠੇ ਹੋ ਤੁਸੀਂ ਓਪਨਲੀ ਜਦੋਂ ਇਹ ਕਮੈਂਟ ਕਰ ਰਹੇ ਹੋ ਤਾਂ ਉਹ ਇੱਕ ਫੋਰਮ ਹੈਗਾ ਉਸ ਫੋਰਮ ਦੇ ਉੱਤੇ ਆ ਕੇ ਆਪਾਂ ਗੱਲ ਕਰਦੇ ਆਂ ਦੇਖੋ ਮੈਂ ਮੈਂ ਮਤਲਬ ਮੈਂ ਆਪਣੀ ਗੱਲ ਜਿਹੜੀ ਆ ਆਪਣੀ ਕੌਮ ਦੇ ਆਗੂਆਂ ਨੂੰ ਆਪਣੀ ਕੌਮ ਦੇ ਜਥੇਦਾਰ ਸਹਿਬਾਨਾਂ ਨੂੰ ਇਹ ਸੁਣਾਉਣਾ ਚਾਹੁੰਨਾ ਕਿ ਤੁਹਾਡੀ ਤੁਸੀਂ ਗਲਤ ਰਸਤਾ ਨਾ ਤਿਆਰ ਕਰੋ ਗੁਰੂ ਸਾਹਿਬਾਨ ਨੇ ਤੁਹਾਨੂੰ ਇੱਕ ਸਿਸਟਮ ਦਿੱਤਾ ਉਹ ਸਿਸਟਮ ਨੂੰ ਅਡਾਪਟ ਕਰੋ ਜੇ ਉਹ ਸਿਸਟਮ ਤੁਸੀਂ ਅਡਾਪਟ ਨਹੀਂ ਕਰੋਗੇ ਫਿਰ ਖੁਆਰੇ ਹੋਮੋਗੇ ਮੈਂ ਪੰਜੋਰੀ ਸਾਹਿਬ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਉਹ ਇਹ ਕਿਉਂਕਿ ਬਣਦਾ ਹੈ ਸਵਾਲ ਇਹ 15 ਬੰਦੇ ਨੇ ਸ਼੍ਰੋਮਣੀ ਕਮੇਟੀ ਦੇ ਸਿਰਮੌਰ ਨੇ ਜੀ ਜੀ ਐਗਜ਼ੀਕਟਿਵ ਦੇ ਮੈਂਬਰ ਚਾਰ ਤੇ 11 ਅੰਤਰ ਅੰਤਰਿਕ ਬੋਰਡ ਦੇ ਮੈਂਬਰ ਜੀ ਜੀ ਕੀ ਅਕਾਲ ਤਖਤ ਨੇ ਇਹਨਾਂ 15 ਬੰਦਿਆਂ ਨੂੰ ਪੁੱਛਿਆ ਇਸ ਮਾਮਲੇ ਬਾਰੇ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਤਗੜਾ ਰੋਲ ਲੱਗਦਾ ਸੀ ਜੀ ਤਗੜਾ ਤਾਂ ਇਹੀ ਹੈ ਇਹ ਨਹੀਂ ਪੁੱਛਿਆ ਤਾਂ ਕਿਉਂ ਨਹੀਂ ਪੁੱਛਿਆ ਜਿਹੜੀ ਹੈਗੀ ਹੈ ਨਹੀਂ ਪੁੱਛਿਆ ਤਾਂ ਕਿਉਂ ਨਹੀਂ ਤਗੜਾ ਤਗੜਾ ਤਾਂ ਇਹੀ ਹੈ ਵੀ ਜਥੇਦਾਰ ਸਹਿਬਾਨ ਨੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਨਾ ਸ਼ਰੂਣੀ ਕਮੇਟੀ ਦੀ ਐਗਜ਼ੈਕਟਿਵ ਨੂੰ ਨਾ ਪੰਥਕ ਜਥੇਬੰਦੀਆਂ ਨੂੰ ਨਾ ਕੌਮ ਦੇ ਸਾਹਮਣੇ ਮਸਲਾ ਹੀ ਨਹੀਂ ਰੱਖਿਆ ਕਿ ਦੋ ਦਿਨ ਬੈਠ ਕੇ ਚੁੱਪ ਚੁਪੀਤੇ ਉਹ ਕਰਕੇ ਨਵੇੜ ਦਾ ਰੋਹ ਤੇ ਗੁੱਸਾ ਦਾ ਕੌਮ ਦੇ ਵਿੱਚ ਐਸੇ ਕਰਕੇ ਆ ਜੀ ਜੀ ਭਾਈ ਬਾਗੜੀਆਂ ਜੀ ਜਿੱਦਾਂ ਇਹ ਇਸ਼ੂ ਉੱਪਰ ਕੇ ਸਾਹਮਣੇ ਆ ਰਿਹਾ ਹੈ ਕਿ ਜਦੋਂ ਇਹ ਫੈਸਲਾ ਲੈ ਕੇ ਆ ਨਾ ਤਾਂ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਪ੍ਰੋਸੈਸ ਹੀ ਨਹੀਂ ਲਿਆ ਇਦੇ ਨਾਲ ਇਹ ਨਹੀਂ ਲੱਗਦਾ ਕਿ ਜਿਹੜੀ ਅਕਾਲ ਤਖਤ ਦੀ ਸਰਵਉੱਚਤਾ ਦੀ ਗੱਲ ਕਰਦੇ ਆ ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਆ ਕਿ ਅਕਾਲ ਤਖਤ ਦੀ ਸਰਵਉੱਚਤਾ ਰਹਿਣੀ ਚਾਹੀਦੀ ਹੈ ਪਰ ਉਹਦੇ ਨਾਲ ਉਸ ਅਕਾਲ ਤਖਤ ਦੀ ਸਰਵਉੱਚਤਾ ਨੂੰ ਢਾਹ ਨਹੀਂ ਲੱਗੀ ਜਦੋਂ ਇਸ ਤਰ੍ਹਾਂ ਦਾ ਫੈਸਲਾ ਹੋਇਆ ਇਹਹੀ ਤਾਂ ਮੈਂ ਅਰਜ਼ ਕਰ ਰਿਹਾ ਵੀ ਉਹਨਾਂ ਨੇ ਇਹ ਕਰਕੇ ਸਾਨੂੰ ਇੱਕ ਕਿਸਮ ਦਾ ਅਕਾਲ ਤਖਤ ਦੇ ਹੁਕਮਨਾਮੇ ਦੇ ਖਿਲਾਫ ਬੋਲਣ ਵਾਸਤੇ ਮਜਬੂਰ ਕੀਤਾ ਜੀ ਜੇ ਅਸੀਂ ਚੁੱਪ ਨਹੀਂ ਰਹਿ ਸਕਦੇ ਕਿਉਂਕਿ ਉਹਦੇ ਵਿੱਚ ਮਾਫੀ ਦਾ ਤਾਂ ਲਫ਼ਜ਼ ਹੀ ਨਹੀਂ ਹੈ ਇਹ ਤਾਂ ਇਸ ਤਰ੍ਹਾਂ ਵੀ ਕੁਝ ਜਿਹੜਾ ਕਹਦੇ ਫਰ ਕੋਈ ਕਚੈਰੀ ਚ ਕਿਸੇ ਦੇ ਖਿਲਾਫ ਕੋਈ ਤੁਸੀਂ ਪਰਚਾ ਦਾਇਰ ਕਰਦੇ ਹੋ ਉਹ ਤੋਂ ਲਿਖ ਕੇ ਭੇਜ ਦਿੰਦਾ ਵੀ ਇਹ ਪਰਚਾ ਇਹ ਪਰਚਾ ਗਲਤ ਹੈ ਮੈਂ ਤਾਂ ਉੱਥੇ ਕੁਝ ਕੀਤਾ ਹੀ ਨਹੀਂ ਨਾ ਕੀਤਾ ਵੀ ਨਹੀਂ ਹੈ ਤੇ ਉਹ ਨੂੰ ਉੱਥੇ ਘਰ ਬੈਠੇ ਨੂੰ ਮਾਫੀ ਮਿਲ ਜੇ ਤੇ ਜਿਸ ਨੇ ਪਟੀਸ਼ਨ ਫਾਈਲ ਕੀਤੀ ਹੈ ਉਹ ਹੈ ਪੰਥ ਔਖਾ ਦਾ ਪੰਥ ਹੋਇਆ ਨਾ ਤੇ ਉਹ ਤੋਂ ਜੋ ਕਿਸੇ ਨੂੰ ਉਹਨਾਂ ਨੂੰ ਪੁੱਛਿਆ ਨਾ ਜਾਏ ਜੀ ਜੀ ਤੇ ਐਕਸਪਾਰਟੀ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਨਜ਼ਰਸਾਨੀ ਹੁੰਦੀ ਹੈ ਜੀ ਤੇ ਸੇ ਸੇ ਦੂਜਾ ਵੀ ਇੱਕ ਗੱਲ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਜਿਹੜੀ ਮੈਂ ਮਹਿਸੂਸ ਕਰਦਾ ਓਕੇ ਓਕੇ ਦੇਖੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਸਾਡੇ ਬਜ਼ੁਰਗਾਂ ਨੇ ਬਣਾਈ ਉਹ ਸੀ ਜਦੋਂ ਪਾਕਿਸਤਾਨ ਇਕੱਠਾ ਸੀ ਤੇ ਹਿੰਦੁਸਤਾਨ ਇਕੱਠਾ ਸੀ ਬਿਲਕੁਲ ਠੀਕ ਹੈ ਉਸ ਕਮੇਟੀ ਦੇ ਟੁਕੜੇ ਹੋ ਗਏ ਹੂੰ ਅੱਧੀ ਪਾਕਿਸਤਾਨ ਚ ਰਹੇਗੀ ਮੁੜ ਕੱਦੀ ਪੰਜਾਬ ਚ ਰਹੇਗੀ ਪੰਜਾਬ ਵਾਲੀ ਦੇ ਵਿੱਚੋਂ ਵੀ ਟੁੱਟ ਕੇ ਹਰਿਆਣਾ ਬਣ ਗਿਆ ਜੀ ਜੀ ਦੇਖੋ ਅੱਗੇ ਅੱਗੇ ਜਿਹੜਾ ਸਿੱਖ ਤਾਂ ਉਹ ਬੈਠਾ ਤਾਂ ਮਤਲਬ ਕਰਨਾਲ ਤੱਕ ਇਹ ਕਮੇਟੀ ਕੰਮ ਕਰਦੀ ਸੀ ਜੀ ਜੀ ਇਹਦੀ ਚੋਣ ਕਰਨਾਲ ਤੱਕ ਹੁੰਦੀ ਸੀ 15 ਮੈਂਬਰ ਕਵਟ ਹੋ ਜਾਂਦੇ ਸੀ ਸਾਰੇ ਹਿੰਦੁਸਤਾਨ ਦੀ ਕਮੇਟੀ ਬਣ ਜਾਂਦੀ ਸੀ ਹੁਣ ਤਾਂ ਦੁਨੀਆ ਦਾ ਕੋਈ ਮੁਲਕ ਹੈ ਨਹੀਂ ਰਿਹਾ ਜਿੱਥੇ ਸਿੱਖ ਨਹੀਂ ਗਿਆ ਉਹ ਕਿ ਮਨਜੋੜੀ ਸਾਹਿਬ ਮੈਂ ਤੁਹਾਨੂੰ ਟੋਕੇ ਨਹੀਂ ਟੋਕੇ ਕਹਿਣਾ ਚਾਹੁੰਦਾ ਮੇਰੀ ਗਲਤ ਤਾਂ ਕਮੇਟੀ ਦੀ ਤੁਸੀਂ ਗੱਲ ਕਰਦੇ ਹੋ ਉਹ ਕਮੇਟੀ ਦੀ ਤਾਂ ਆਪਣੇ ਤੌਰ ਤੇ ਅਜੇ ਤੱਕ ਕਾਨੂੰਨੀ ਮਾਨਤਾ ਵੀ ਨਹੀਂ ਹੈ ਨਹੀਂ ਚਲੋ ਮੈਂ ਕਹਣਾ ਨਹੀਂ ਵੀ ਮਿਲੀ ਹੁਣ ਤਾਂ ਸਿੱਖ ਦੁਨੀਆ ਦੇ ਹਰ ਕੋਨੇ 'ਚ ਚਲਾ ਗਿਆ ਜੇ ਤੁਸੀਂ ਅਕਾਲ ਤਖਤ ਦੀ ਸਰਬੋਚਤਾ ਕਾਇਮ ਰੱਖਣੀ ਹੈ ਜੇ ਅਕਾਲ ਤਖਤ ਦੇ ਜਥੇਦਾਰ ਦੀ ਸਰਬ ਪ੍ਰਬੰਧਤਾ ਰੱਖਣੀ ਹੈ ਜੇ ਉਹਦੇ ਹੁਕਮ ਨੂੰ ਤੁਸੀਂ ਹਰ ਸਿੱਖ ਨੂੰ ਮਰਵਾਉਣਾ ਤਾਂ ਉਹਦੀ ਨਿਯੁਕਤੀ ਲਈ ਨਿਯੁਕਤੀ ਦੇ ਵਿੱਚ ਵੀ ਸਮੂੱਚੇ ਖਾਲਸਾ ਪੰਥ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ ਸ਼ਮੂਲੀਅਤ ਹੋਣੀ ਚਾਹੀਦੀ ਹੈ ਸ਼ਮੂਲੀਅਤ ਹੋਣੀ ਚਾਹੀਦੀ ਹੈ ਇਹ ਨਹੀਂ ਵੀ ਚੰਦ ਬੰਦੇ ਉਹਦੀ ਨਿਯੁਕਤੀ ਕਰ ਦੇਣ ਫਿਰ ਉਹ ਚੰਦ ਬੰਦਿਆਂ ਦੀ ਨਿਯੁਕਤੀ ਤੋਂ ਬਾਅਦ ਮਤਲਬ ਆਪਣੇ ਗਲਤ ਫੈਸਲੇ ਕਰੀ ਜਾਵੇ ਫਿਰ ਪੰਥ ਵਿੱਚ ਕੁਦਰਤੀ ਰੋਸ ਪਾਏਗਾ ਜੀ ਕਿਉਂਕਿ ਪ੍ਰਸਾਦ ਕੀ ਇਸ਼ੂ ਬੜਾ ਇੰਪੋਰਟੈਂਟ ਹੈ ਇਸ ਮੁੱਦੇ ਦੇ ਤੇ ਜਦੋਂ ਇਦਾਂ ਦੇ ਫੈਸਲੇ ਹੁੰਦੇ ਆ ਆਪਾਂ ਗੱਲ ਕਰਦੇ ਆ ਅਕਾਲ ਤਖਤ ਦੀ ਮਹਾਨਤਾ ਦੀ ਇਹਦੇ ਨਾਲ ਜਿਹੜੀ ਉੱਪਰ ਕੇ ਗੱਲ ਆ ਰਹੀ ਹੈ ਕਿ ਅਕਾਲ ਤਖਤ ਦੀ ਮਹਾਨਤਾ ਜਿਹੜੀ ਦੀ ਮਾਨਤਾ ਹੈ ਰਿਸਪੈਕਟ ਹੈ ਉਹਨੂੰ ਕਿਤੇ ਨਜ਼ਰ ਆ ਰਿਹਾ ਕਿ ਟਾਲ ਲੱਗੀ ਐ ਇਸ ਗੱਲ ਦੇ ਨਾਲ ਕਿਉਂਕਿ ਕਿੰਦੂ ਪਰੰਤ ਉੱਭਰਨਾ ਸ਼ੁਰੂ ਹੋ ਰਿਹਾ ਬਿਲਕੁਲ ਜੀ ਇੱਕ ਨਵਾਂ ਪਹਿਲਾਂ ਵੀ ਵੈਸੇ ਚੱਲਦਾ ਆ ਰਿਹਾ ਇਸੇ ਗੱਲ ਤੋਂ ਇੱਕ ਨਵਾਂ ਸ਼ਬਦ ਆ ਰਿਹਾ ਖਾਲਸਾ ਪੰਥ ਜੀ ਜੀ ਜਿਹਨੂੰ ਸਰਬੰਤ ਸਰਬੱਤ ਦਾ ਸਾਡੀ ਕਹਿੰਦੇ ਨੇ ਉਹ ਇਕੱਠਾ ਕੀਤਾ ਜਾਏ ਉਹਨਾਂ ਸਾਰੇ ਆ ਬਖ ਵਖਤੇ ਰਹਿੰਦੇ ਜਿਹੜੀਆਂ ਜਿੰਨੀਆਂ ਵੀ ਧਰਾਂ ਸਿੱਖੀ ਚੈਗੀਆਂ ਉਹਨੀਆਂ ਸਾਰੀਆਂ ਧਰਾਵਾਂ ਦੇ ਵਿਚਾਰ ਲੈ ਜਾਣ ਜੇ ਇਹੋ ਜਿਹਾ ਸਿਸਟਮ ਕਿਤੇ ਈਵੋਲਵ ਕਰ ਲਿਆ ਜਾਏ ਤਾਂ ਬਹੁਤ ਵਧੀਆ ਵਿਹਤਰ ਹੋ ਸਕਦਾ ਕਿਉਂਕਿ ਇੱਕ ਤਾਂ ਬਹੁਤੇ ਵਿਚਾਰ ਹੋਣ ਨਾਲ ਅੱਛੇ ਵਿਚਾਰ ਨਿਕਰ ਕੇ ਬਾਹਰ ਆਉਂਦੇ ਆ ਔਰ ਉਹਨਾਂ ਤੇ ਤੁਸੀਂ ਚੰਗੀ ਉਸਾਰੀ ਕਰ ਸਕਦੇ ਹੋ ਮਾਨਵਤਾ ਦੀ ਸਿੱਖੀ ਦੀ ਔਰ ਸਾਰੀਆਂ ਸੰਸਾਵਾਂ ਦੀ ਲੇਕਿਨ ਜੇ ਤੁਸੀਂ ਥੋੜੇ ਜੇ ਬੰਦੇ ਮੁਠੀ ਭਰ ਲੋਕ ਇਕੱਠੇ ਹੋ ਕੇ ਬਾਕੀਆਂ ਨੂੰ ਪੁੱਛੋ ਹੀ ਨਾ ਤੇ ਉਹ ਗੱਲ ਨਹੀਂ ਜੇ ਬਣਦੀ ਉਹਨਾਂ ਦੇ ਮਨ ਚ ਰੋਸ ਰਹਿ ਜਾਂਦਾ ਲੇਕਿਨ ਇੱਕ ਗੱਲ ਜ਼ਰੂਰ ਹੈ ਭਈ ਜਦੋਂ ਤੁਸੀਂ ਕੋਈ ਵੀ ਫੈਸਲਾ ਦੇਖਦੇ ਹੋ ਭਈ ਹੋ ਗਿਆ ਉਹ ਤਾਂ ਬਹੁਤ ਸਾਰੇ ਬੋਲਦੇ ਨੇ ਪਹਿਲਾਂ ਵੀ ਰਾਏ ਦਿੱਤੀ ਜਾ ਸਕਦੀ ਹੈ ਜੇ ਤੁਹਾਨੂੰ ਕਿਤੇ ਉਹ ਕੰਸਰਮ ਮਿਲ ਗਿਆ ਕਿਤੇ ਸਿੰਘ ਜੀ ਕਿਸੇ ਇਹਨਾਂ ਦਾ ਰਾਏ ਤਾਂ ਤਾਂ ਕੋਈ ਦਊ ਜੇ ਕੋਈ ਕਿਸੇ ਨੂੰ ਪੁੱਛੂਗਾ ਹੁਣ ਸਿੱਧੂ ਸਾਹਿਬ ਨੇ ਸਾਨੂੰ ਬੁਲਾਇਆ ਹੀ ਨਹੀਂ ਮੈਂ ਪਿੰਡ ਤੋਂ ਰਾਏ ਭੇਜਦਾ ਮੈਨੂੰ ਤਾਂ ਪਤਾ ਹੀ ਨਹੀਂ ਸਕਦਾ ਇਹਨੇ ਆਪਣੇ ਪਿਆਰ ਨਾਲ ਬੁਲਾਇਆ ਰਾਏ ਦਾ ਬੰਦਾ ਤਵੇ ਦੇ ਦੇਗਾ ਨਾ ਜਿੱਤੇ ਪੁੱਛੇਗਾ ਦੇਖੋ ਮੈਂ ਇੱਕ ਗੱਲ ਸਮਝਦਾ ਵੀ ਡੁੱਲੇ ਬੇਰਾ ਦਾ ਹਲੇ ਵੀ ਕੁਝ ਨਹੀਂ ਵਿਕੜਿਆ ਹੁਣ ਵੀ ਪੰਥ ਨੂੰ ਇਕੱਠਾ ਕਰਨਾ ਚਾਹੀਦਾ ਓਕੇ ਪੱਕਾ ਪੰਥ ਦੀ ਰਾਏ ਲੈਣੀ ਚਾਹੀਦੀ ਹੈ ਵਿਚਾਰ ਕਰਨ ਤੋਂ ਬਾਅਦ ਫਿਰ ਇਸ ਨੂੰ ਅਮਲ ਵਿੱਚ ਲਿਆਉਣ ਦਾ ਯਤਨ ਕਰਨਾ ਚਾਹੀਦਾ ਨਹੀਂ ਦੇਖੋ ਮੇਰੀ ਮੇਰੀ ਗੱਲ ਸੁਣੋ ਇਸ ਤਰ੍ਹਾਂ ਸਿੰਘ ਸਾਬਾਨਾ ਦੇ ਫੈਸਲੇ ਨੂੰ ਪੰਥ ਨੇ ਪ੍ਰਵਾਰ ਨਹੀਂ ਕਰਨਾ ਉਹ ਜਿੰਨਾ ਮਰਜੀ ਜੋ ਮਰਜੀ ਤੁਸੀਂ ਹੁਣ ਇਹ ਕਹਿਣਾ ਚਾਹੁੰਦੇ ਹੋ ਨਹੀਂ ਤੁਸੀਂ ਹੁਣ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਜਸਿਹਦਾਰ ਜਿਹੜੇ ਅਕਾਲ ਤਖਤ ਨੇ ਹੁਕਮਨਾਮਾ ਕੀਤਾ ਇਹ ਜੇ ਤੇ ਮੋੜ ਨਜ਼ਰਸਾਨੀ ਕੀਤੀ ਜਾਏ ਮੈਂ 100% ਕਹਣਾ ਉਹਨਾਂ ਨੂੰ ਆਪਣਾ ਫੈਸਲਾ ਵਿਡਰਾ ਕਰਨਾ ਚਾਹੀਦਾ ਸਰਸੇ ਵਾਲੇ ਸਾਧ ਨੂੰ ਕਹਿਣਾ ਚਾਹੀਦਾ ਕਿ ਉਹ ਲਿਖਤੀ ਰੂਪ ਦੇ ਵਿੱਚ ਪਹਿਲਾਂ ਬੇਨਤੀ ਪੱਤਰ ਮੰਗੇ ਰਿਟਰਨ ਚ ਭੇਜੇ ਆਪਣੇ ਲੈਟਰ ਹੈਡ ਤੇ ਭੇਜੇ ਫਿਰ ਉਹ ਪੰਥ ਸਾਹਮਣੇ ਰੱਖਿਆ ਜਾਵੇ ਡਿਸਕਸ਼ਨ ਹੋਏ ਜੇ ਪੰਥ ਪ੍ਰਵਾਨ ਕਰੇਗਾ ਤਾਂ ਸਿੰਘ ਸਾਹਿਬਾਨ ਕਿਉਂਕਿ ਬੀਹੋਲੀ ਜੀ ਥੈਂਕ ਯੂ ਵੈਰੀ ਮੱਚ ਸਾਡੀ ਮਜਬੂਰੀ ਹੈ ਸਾਡੀ ਮਜਬੂਰੀ ਹੈ ਕਿ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਬੜਾ ਅਹਿਮ ਮੁੱਦਾ ਹੈ ਬ੍ਰੇਕ ਤੋਂ ਬਾਅਦ ਇਸ ਮੁੱਦੇ ਤੇ ਅਸੀਂ ਆਪਣੇ ਮਹਿਮਾਨਾਂ ਨਾਲ ਚਰਚਾ ਜਾਰੀ ਰੱਖਾਂਗੇ ਪੰਜਾਬ ਟੀਵੀ ਤੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀਗੇ ਡੇਰਾ ਮੁਖੀ ਵੱਲੋਂ ਜਿਹੜਾ ਪੱਤਰ ਲਿਖਿਆ ਗਿਆ ਉਹਦੇ ਤੇ ਜਿਹੜੀ ਮਾਫੀ ਹੋਈ ਹੈ ਉਸ ਨੂੰ ਲੈ ਕੇ ਜੋ ਵਿਵਾਦ ਉੱਠਿਆ ਹੈ ਕਿ ਉਹਦੇ ਚ ਸਾਡੇ ਮਹਿਮਾਨਾਂ ਦੀ ਇਹ ਵੀ ਰਾਇ ਉੱਭਰ ਕੇ ਸਾਹਮਣੇ ਆਈ ਹੈ ਕਿ ਜੇ ਸਿੰਘ ਸਾਹਿਬਾਨ ਆਪਣੇ ਤੌਰ ਤੇ ਕੋਈ ਫੈਸਲਾ ਨਹੀਂ ਕਰ ਸਕਦੇ ਸੀ ਤਾਂ ਕੋਈ ਪੰਤਿਕ ਤਰ੍ਹਾਂ ਨੂੰ ਬੈਠ ਕੇ ਇਸ ਮੁੱਦੇ ਤੇ ਚਰਚਾ ਕਰ ਲੈਣੀ ਚਾਹੀਦੀ ਜਿੱਦਾਂ ਅੱਜ ਸਾਡੀ ਜਾਣਕਾਰੀ ਮੁਤਾਬਕ ਜੋਧੀ ਕਲਾਂ ਦੇ ਵਿੱਚ ਸੰਤ ਸਮਾਜ ਦੇ ਲੋਕ ਇਕੱਠੇ ਹੋ ਕੇ ਇਸ ਮੁੱਦੇ ਤੇ ਚਰਚਾ ਵੀ ਕਰ ਰਹੇ ਆ ਇਦੇ ਮੁੱਦੇ ਤੇ ਜਿਹੜਾ ਭਾਈ ਪਾਗੜੀਆਂ ਜੀ ਜਿਹਦੇ ਆਪਾਂ ਗੱਲ ਕਰਦੇ ਆ ਇਸ ਮੁੱਦੇ ਤੇ ਜਿੱਦਾਂ ਇਹਨਾਂ ਨੇ ਗੱਲ ਕਹੀ ਹੈ ਕੋਈ ਇਸ ਤਰ੍ਹਾਂ ਦੀ ਪੋਸਿਬਿਲਟੀ ਹੋ ਸਕਦੀ ਹੈ ਕਿ ਜਿੱਦਾਂ ਅੱਜ ਜੁਵਦੀ ਕਲਾਾਂ ਦੇ ਵਿੱਚ ਸੰਤ ਸਮਾਜ ਇਕੱਠਾ ਹੋ ਰਿਹਾ ਸੰਤ ਸਮਾਜ ਚਲੋ ਇੱਕ ਪਲੇਟਫਾਰਮ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਜੋ ਇਕੱਠੀਆਂ ਹੋ ਕੇ ਸਾਂਝੇ ਤੌਰ ਤੇ ਕੋਈ ਰਾਇ ਬਣਾਈ ਜਾਵੇ ਤਾਂ ਕਿ ਬਵਾਦ ਨੂੰ ਨਾਗੇ ਵਿਦਾਇਆ ਜਾਵੇ ਦੇਖ ਜਥੇਬੰਦੀਆਂ ਇਕੱਠੀਆਂ ਹੋਣ ਅਕਾਲ ਤਖਤ ਦੇ ਤਬੇ ਜੀ ਕਾਲਤਖ ਦੀ ਛਤਰਛਾਇਆ ਹੈ ਛਤਰਛਾਇਆ ਹੈ ਬਰਾਊਨ ਉਹ ਲੇਕਿਨ ਇਹਦੇ ਵਿੱਚ ਜਿਹੜੀ ਚੀਜ਼ ਸਾਰੀ ਜ਼ਿਆਦਾ ਜ਼ਰੂਰੀ ਹੈ ਜਿਸ ਤਰ੍ਹਾਂ ਜਥੇਦਾਰ ਜੀ ਨੇ ਕਿਹਾ ਜਿਸ ਵੇਲੇ ਇਹ ਬਣੀ ਐਸਡੀਪੀਸੀ ਉਸ ਵੇਲੇ ਤਕਰੀਬਨ 90% ਤੋਂ ਜੇ ਜ਼ਿਆਦਾ ਆਬਲਾ ਦਾ ਸਾਰੀ ਜਿਹੜੀ ਸਿੱਖ ਪੋਪੂਲੇਸ਼ਨ ਸੀ ਉਸ ਪੰਜਾਬ ਦੀ ਸੀ ਜੀ ਜੀ ਔਰ ਸਾਰੇ ਇਤਿਹਾਸਿਕ ਗੁਰਦੁਆਰੇ ਇੱਥੇ ਸੀ ਹੁਣ ਇਸ ਵੇਲੇ ਜਿਹੜਾ ਅੱਜ ਪੰਜਾਬ ਹੈ ਉਸ ਪੰਜਾਬ ਦਾ 18% ਹੈ ਅੱਛਾ ਜਿਹੜਾ ਹੁਣ ਹੈ ਤੇ ਆਪਣੀ ਆਬਾਦੀ ਇਸ ਵੇਲੇ 100 ਤੋਂ ਉੱਪਰ ਮੁਲਕਾਂ ਦੇ ਵਿੱਚ ਹੈ ਪਰ ਉਹ ਬਾਈ ਬਗੜੀ ਇਹ ਵੀ ਕਹਿੰਦੇ ਨਾ ਕਿ ਕਹਿੰਦੇ ਜਿਹੜੀਆਂ ਜੜਾਂ ਹੈਗੀਆਂ ਉਹ ਜੜਾਂ ਐਸੇ ਪੰਜਾਬ 'ਚ ਹੀ ਰਹਿ ਗਈਆਂ ਜਿਹੜਾ ਕੀ ਕਰਕੇ ਇੱਥੋਂ ਹੀ ਚੱਲ ਰਿਹਾ ਸਾਰਾ ਕੁਝ ਮੈਂ ਹੋਰ ਹੋਰ ਪਿੱਛੇ ਜਾਣਾ ਜਿਸ ਵੇਲੇ ਪੰਥ ਪ੍ਰਵਾਨਤ ਮਰਿਆਦਾ ਜਿਹੜੀ ਲੱਗੀ ਬਣੀ ਜੇ ਉਸ ਵੇਲੇ ਅਮਰਕਾ ਜਿੰਨੀ ਦੂਰ ਤੋਂ رائے ਲਈ ਜਾ ਸਕਦੀ ਸੀ ਜੀ ਇਹ ਪਤਾ ਨਹੀਂ ਕਿਸੇ ਨੂੰ ਪਤਾ ਹੈ ਕਿ ਨਹੀਂ ਉਹਦੇ ਵਿੱਚ ਸਟਾਕਟਨ ਤੋਂ رائے ਲਈ ਹੈ ਹੁਣ ਉਸ ਵੇਲੇ ਸਟਾਕਟਨ ਕਿੱਥੇ ਸੀ ਦੁਨੀਆ ਦਾ ਦੂਜਾ ਪਾਸਾ ਸੀ ਕੋਈ ਸਾਧਨ ਨਹੀਂ ਸੀ ਕਮਿਊਨੀਕੇਸ਼ਨ ਦੇ ਕਮਿਊਨੀਕੇਸ਼ਨ ਦੇ ਇਸ ਤਰ੍ਹਾਂ ਦੇ ਸਾਧਨ ਨਹੀਂ ਸੀ ਨਾ ਕੋਈ ਉਸਕੇ ਹੱਥਾਂ 'ਚ ਹੁਣ ਤਾਂ ਫੋਨ ਚੱਕੋ ਜਿੰਨੇ ਮਰਜ਼ੀ ਗੱਲ ਕਰੋ ਜੀ ਜੀ ਜੇ ਉਸ ਵੇਲੇ ਜਿਹੜੇ ਧਿਆਨਦਾਰ ਸਿਖ ਸੀ ਜਿਨ੍ਹਾਂ ਨੇ ਸਹੀ ਤੌਰ ਤੇ ਸਾਡੀ ਮਰਿਆਦਾ ਤਿਆਰ ਕੀਤੀ ਜੀ ਜੀ ਅਗਰ ਉਹ ਉਸ ਵੇਲੇ ਉਥੋਂ ਲੈ ਸਕਦੇ ਸੀ ਰਾਏ ਤਾਂ ਹੁਣ ਸਾਨੂੰ ਗਲੋਬਲ ਸਾਰਾ ਕਰਨ ਵਾਸਤੇ ਹੁਣ ਤਾਂ ਤੁਸੀਂ ਟੈਲੀਵਿਜ਼ਨ ਤੇ ਬਿਠਾ ਕੇ ਤੁਸੀਂ ਕਦੇ ਕਿਸੇ ਦੀ ਕਦੇ ਕਿਸੇ ਨੂੰ ਇਕੱਠੇ ਕਰਕੇ ਇਕੱਠੇ ਜਿਹੜੀ ਉਹ ਪਰ ਤੁਹਾਡੀ ਇਹ ਰਹਿ ਹੈ ਕਿ ਵੀ ਇਦਾਂ ਦਾ ਕੋਈ ਜਿੱਡਾ ਵੱਡਾ ਮਸਲਾ ਹੋਵੇ ਉਹਨਾਂ ਵੱਡਾ ਉਹਦਾ ਬੇਸ ਬਣਾਉਣਾ ਦਾਇਰਾ ਵੱਡਾ ਹੋਣਾ ਚਾਹੀਦਾ ਜੀ ਦਾਇਰਾ ਹੋਣਾ ਚਾਹੀਦਾ ਹਾਂ ਅਗਰ ਕੋਈ ਪੰਜਾਬ ਦਾ ਮਸਲਾ ਹੈ ਉਹ ਪੰਜਾਬ ਚ ਰੱਖੋ ਤੇ ਜੇ ਤੁਸੀਂ ਦਿੱਲੀ ਦਾ ਮਸਲਾ ਫੈਸਲਾ ਕਰਨਾ ਹੈ ਤਾਂ ਦਿੱਲੀ ਦਾ ਨੁਮਾਇੰਦਾ ਤਾਂ ਵਿੱਚ ਹੋਵੇਗਾ ਜੀ ਜੀ ਤੇ ਜੇ ਪੰਥ ਦਾ ਹੈਗਾ ਫਿਰ ਸਭੋਚਾ ਪੰਥ ਦੇ ਤੋ ਉਹਦੇ ਦੇ ਫੈਸਲਾ ਕਰ ਸਕਦਾ ਓਕੇ ਓਕੇ ਇਹ ਕਿ ਹੈ ਨਾ ਭਈ ਪੰਥ ਜਿਹੜਾ 100 ਦੇਸ਼ਾਂ ਚ ਫੈਲੇ ਆ 100 ਤੋਂ ਵੀ ਵੱਧ ਹੋ ਸਕਦਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਭਈ ਇੰਗਲੈਂਡ ਵਿੱਚ 200 300 ਗੁਰਦੁਆਰੇ ਤੁਸੀਂ ਉੱਥੇ ਜਾ ਕੇ ਦੇਖੋ ਕਿੰਨੇ ਗੁਰਦੁਆਰਿਆਂ ਦੇ ਪ੍ਰਧਾਨ ਜਿਹੜੇ ਆ ਉਹ ਮੋਨੇ ਆ ਚਲੋ ਸੇਵ ਕਰਨ ਵਾਲੇ ਨੇ ਇੱਕ ਮਸਲਾ ਇਹ ਮੈਂ ਇਸ ਕਰਕੇ ਕਹਿ ਰਹੇ ਹਾਂ ਭਈ ਸਰਬਤ ਖਾਲਸਾ ਖਾਲਸਾ ਦਾ ਮੈਨ ਤਾਂ ਤੁਹਾਨੂੰ ਪਤਾ ਹੀ ਆ ਨਾ ਤੇ ਉਹ ਫਿਰ ਕਿੱਥੋਂ ਖਾਲਸਾ ਲਿਆਓਗੇ ਸਿਡਨੀ ਦੇ ਵਿੱਚ ਇੱਕ ਇਲਾਕਾ ਬਲੈਕ ਟਾਊਨ ਉਹਦੇ ਨੇੜੇ ਇੱਕ ਗੁਰਦੁਆਰਾ ਉਹਦਾ ਨਾਂ ਉੱਪਰ ਮੋਟਾ ਲਿਖਿਆ ਆ ਉਹਦਾ ਨਾਂ ਗੁਰਦੁਆਰਾ ਨਹੀਂ ਹੈ ਉਹਦਾ ਨਾਂ ਸਿੱਖ ਸੈਂਟਰ ਹੈ ਅੱਜ ਵੀ ਮੋਟਾ ਕਰਕੇ ਲਿਖਿਆ ਮੈਂ ਉੱਥੇ ਪੁੱਛਿਆ ਉਹਨਾਂ ਨੂੰ ਕਿ ਸਿੱਖ ਸੈਂਟਰ ਕਿਉਂ ਲਿਖਿਆ ਆ ਉਹ ਕਹਿੰਦੇ ਵੀ ਇਹ ਇੱਥੇ ਦੀ ਸਰਕਾਰ ਨੇ ਸਾਡੇ ਬਜ਼ੁਰਗਾਂ ਨੂੰ ਇੱਥੇ ਗੁਰਦੁਆਰਾ ਲਿਖਣ ਨਹੀਂ ਦਿੱਤਾ ਉਹ ਕਹਿੰਦੇ ਵੀ ਇਹਨੂੰ ਸਿੱਖ ਸੈਂਟਰ ਲਿਖ ਲਓ ਗੁਰਦੁਆਰਾ ਨਹੀਂ ਅਸੀਂ ਲਿਖਣ ਦੇਣਾ ਕੋਈ ਹੋਏਗੀ ਉਹਨਾਂ ਦੀ ਆਪਣੇ ਆਪਣੇ ਦੇਸ਼ਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਮੇਰਾ ਕਹਿਣ ਤੋਂ ਪਾਵੇ ਆ ਬਹੁਤ ਸਾਰੇ ਦੇਸ਼ਾਂ ਹੁਣ ਅਰਬ ਚ ਮੰਦਰ ਨੂੰ ਜਗਾ ਦੁਆ ਕੇ ਆਏ ਨੇ ਮੋਦੀ ਸਾਹਿਬ ਤੇ ਇਦਾਂ ਹੀ ਗੁਰਦੁਆਰਿਆਂ ਨੂੰ ਵੀ ਮਿਲ ਸਕਦੀ ਹੈ ਜੇ ਬਾਦਲ ਸਾਹਿਬ ਜਾਣ ਕਿਉਂਕਿ ਜਿਹੜੇ ਸਰਕਾਰੀ ਧਿਰ ਦੇ ਬੰਦੇ ਹੋਣ ਉਹ ਦੁਆ ਸਕਦੇ ਉਦੋਂ ਫਿਰ ਸਰਬੱਤ ਖਾਲਸੇ ਦੀ ਗੱਲ ਵੱਡੇ ਪੱਧਰ ਤੇ ਹੋ ਸਕਦੀ ਆ ਆਦਰਵਾਇਜ਼ ਤੁਹਾਡੀ ਗੱਲ ਠੀਕ ਹੈ ਪਈ ਜਿੱਥੇ ਦਾ ਮਸਲਾ ਜਿੱਡਾ ਕ ਮਸਲਾ ਓਨੀ ਕੋ ਓਕੇ 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 ਭਾਈ ਜਿਸ ਮੁੱਦੇ ਤੇ ਚਰਚਾ ਕਰ ਰਹੇ ਆ ਪੰਨੋਲੀ ਜੀ ਉਹਦੇ ਚ ਇੱਕ ਗੱਲ ਇਹ ਵੀ ਆਈ ਹੈ ਇਦਾਂ ਦੇ ਲੋਕ ਕਹਿੰਦੇ ਆ ਕਿ ਜੋ ਮਾਫੀਨਾਮਾ ਦਿੱਤਾ ਗਿਆ ਠੀਕ ਕੀਤਾ ਗਿਆ ਉਹਨਾਂ ਦੀ ਇੱਕ ਗੱਲ ਇਹ ਆ ਕਿ ਵੀ ਜਦੋਂ ਅਸੀਂ ਪੰਜਾਬ ਦੇ ਅੰਦਰ ਵਸਦੇ ਆ ਉਹਦੇ ਚ ਡੇਰਾ ਮੁਖੀ ਦੀ ਜੜ੍ਹ ਤੇ ਪੈਰੋਕਾਰ ਆ ਉਹ ਵੀ ਐ ਸਿਕਸ ਮਾਸ ਦੇ ਲੋਕ ਵੀ ਹੈਗੇ ਆ ਤਾਂ ਇੱਕ ਬੜੀ ਬਿਟਰਨੈਸ ਤੇ ਕੜਤਣ ਪੈਦਾ ਹੋ ਗਈ ਸੀ ਹੁਣ ਇਸ ਫੈਸਲੇ ਦੇ ਨਾਲ ਦੋਨਾਂ ਤਰ੍ਹਾਂ ਦੇ ਵਿੱਚ ਇੱਕ ਸਦਭਾਵਨਾ ਵਾਲਾ ਮਾਹੌਲ ਬਣੇਗਾ ਔਰ ਟਕਰਾਅ ਜਿਹੜਾ ਹੈਗਾ ਕਟੇਗਾ ਕਿ ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਦੇ ਹੱਕ ਚ ਦੇਖੋ ਇਹ ਇਹ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਪੰਜਾਬ ਚ ਅਮਨ ਰਹਿਣਾ ਚਾਹੀਦਾ ਸ਼ਾਂਤੀ ਰਹਿਣੀ ਚਾਹੀਦੀ ਆ ਭਾਈਚਾਰੇ ਦੇ ਵਿੱਚ ਤਰੇੜਾਂ ਨਹੀਂ ਪੈਣੀਆਂ ਚਾਹੀਦੀਆਂ ਪਰ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਸਿਧਾਂਤ ਤੋੜ ਦਿੱਤੇ ਜਾਣ ਪ੍ਰੰਪਰਾਵਾਂ ਤੋੜ ਦਿੱਤੀਆਂ ਜਾਣ ਆਕਾਲ ਤਖਤ ਦੀ ਸਰਬਉੱਚਤਾ ਨੂੰ ਕੋਈ ਇੱਕ ਸਧਾਰਨ ਬੰਦਾ ਜਿਹੜਾ ਪਖੰਡੀ ਬੰਦਾ ਤੇ ਕਾ ਮਤਲਬ ਬਨਾਰਸ ਦਾ ਸਾਹ ਠੱਗ ਸਾਧ ਉਹੀ ਉਹਨੂੰ ਚੈਲੰਜ ਕਰੀ ਜਾਵੇ ਇਹ ਗੱਲਾਂ ਪੰਥ ਨੂੰ ਉਹ ਸੈਕਰੀਫਾਈਸਿੰਗ ਕੀਤਾ ਜਾ ਉਹ ਨਹੀਂ ਪਰਮਾਨਿਤ ਕੀਤਾ ਜਾ ਸਕਦਾ ਜੀ ਜੀ ਦੇਖੋ ਇਹਦਾ ਇਹ ਇਹ ਤਰੀਕੇ ਲੱਭਣੇ ਚਾਹੀਦੇ ਨੇ ਬਿਲਕੁਲ ਮੈਂ ਕਹਿੰਦਾ ਵੀ ਗਲਤੀ ਕਿਸੇ ਤੇ ਵੀ ਹੋ ਸਕਦੀ ਹੈ ਸਰਸਰੇ ਵਾਲੇ ਸਾਧ ਨੇ ਜਾਣੇ ਚ ਕੀਤੀ ਹਨ ਜਾਣੇ ਚ ਕੀਤੀ ਪਰ ਉਹ ਸਿਸਟਮ ਦਾ ਅਡਾਪਟ ਕਰਨਾ ਵੀ ਉਹ ਜਿਹੜੀ ਉਹਨੇ ਕੀਤੀ ਹੈ ਗਲਤੀ ਉਹਦੀ ਖਿਮਾ ਤਾਂ ਮੰਗੇ ਉਹ ਮੰਗਣ ਦਾ ਤਰੀਕਾ ਦਾ ਖਿਆਰ ਕਰੇ ਇਹ ਇਹ ਤਰੀਕੇ ਗਲਤ ਨੇ ਜਿਹੜੇ ਅਖਤਿਆਰ ਕੀਤੇ ਜਾ ਰਹੇ ਨੇ ਇਹ ਇਹ ਨੀਪੰਤ ਨੂੰ ਪਰ ਜਿਹੜਾ ਇਸ਼ੂ ਉੱਪਰ ਕੇ ਸਾਹਮਣੇ ਆ ਰਿਹਾ ਹੁਣ ਕਿਉਂਕਿ ਸਿੰਘ ਸਾਹਿਬਾਨ ਨੇ ਫੈਸਲਾ ਲਿਆ ਉਹਦੇ ਤੇ ਇੱਕ ਗੱਲ ਇਹ ਵੀ ਆ ਰਹੀ ਕਿ ਜਿਸ ਤਰੀਕੇ ਦੇ ਨਾਲ ਸਿੰਘ ਸਾਹਿਬਾਨ ਦੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਉਹਦੇ ਤੇ ਵੀ ਕਿੰਤੂ ਪਰੰਤੂ ਆ ਰਿਹਾ ਕਿਉਂਕਿ ਸਿਸਟਮ ਐਸਾ ਹੋਣਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਵੀ ਉਹ ਪੋਲਿਟਿਕਲ ਜਾਂ ਹੋਰ ਕਿਸੇ ਤਰ੍ਹਾਂ ਦੇ ਦਵਾਵਾਂ ਤੋਂ ਉੱਪਰ ਹੋਣ ਦੇਖੋ ਜੀ ਮੈਂ ਇਸ ਗੱਲ ਸੰਬੰਧੀ ਤਾਂ ਮੇਰੀ ਮੇਰੀ ਤਾਂ ਬੜੀ ਸਪਸ਼ਟ رائے ਆ ਵੀ ਜੇ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਕਾਇਮ ਰੱਖਣਾ ਹੈ ਜੀ ਜੇ ਉਹਦੇ ਹੁਕਮਨਾਮੇ ਨੂੰ ਇਲਾਹੀ ਹੁਕਮ ਦੇ ਰੂਪ ਦੇ ਵਿੱਚ ਮੰਨਣਾ ਹੈ ਜੇ ਉਹਨੂੰ ਸੱਚੇ ਦਾ ਤਖਤ ਬਣਾ ਕੇ ਰੱਖਣਾ ਹੈ ਫਿਰ ਉੱਥੇ ਝੂਠਿਆਂ ਦੀ ਜ਼ਰੂਰਤ ਨਹੀਂ ਹੈ ਉਸ ਤਖਤ ਦੇ ਉੱਤੇ ਫਿਰ ਉੱਥੇ ਸੱਚਿਆਂ ਦੀ ਜ਼ਰੂਰਤ ਹੈ ਤੇ ਫਿਰ ਫੈਸਲਾ ਕਿਹਦੇ ਦਾ ਕੋਈ ਇਹਦਾ ਕੋਈ ਫੈਸਲਾ ਕਰੇਗਾ ਨਾ ਸੱਚੇ ਦੇ ਝੂਠੇ ਦਾ ਕਿਹਨਾ ਸੱਚਾ ਹੈ ਨਾ ਜੀ ਤੁਸੀਂ ਮੈਨੂੰ ਦੱਸੋ ਜੀ ਅਮਰੀਕਾ ਦਾ ਰਾਸ਼ਟਰਪਤੀ ਹੈ ਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਕਰਨ ਲਈ ਹਰ ਇੱਕ ਬੰਦਾ ਵੋਟ ਪਾਉਂਦਾ ਹੁਣ ਉੱਥੇ ਦਾ ਮੇਰਾ ਖਿਆਲ ਹੁਣ 29 ਕਰੋੜ ਵਾਦੀ ਹੈ ਤੇ 29 ਕਰੋੜ ਬੰਦਾ ਵੋਟਾਂ ਪਾਉਂਦਾ ਤੇ ਉਹਦੀ ਚੋਣ ਕਰ ਦਿੰਦਾ ਤੇ ਸਿੱਖ ਦਾ 2 ਕਰੋੜ ਨੇ ਤੇ ਜਿਹੜਾ ਸਿੱਖ ਦੋ ਅਸੀਂ 2 ਕਰੋੜ ਸਿੱਖ ਅਕਾਲ ਤਖਤ ਦੇ ਜਥੇਦਾਰ ਦੀ ਨੁਕਤੀ ਨਹੀਂ ਕਰ ਸਕਦੇ ਤੇ ਸਾਡਾ ਪਰਫਾਰਮੈਂਸ ਪਾਇਆ ਜਾਣਾ ਚਾਹੀਦਾ ਇੱਕ ਸਿਸਟਮ ਤੇ ਇੱਕ ਮਤਲਬ ਪੈਨਲ ਦੇਣਾ ਚਾਹੀਦਾ ਵੀ ਆਹ ਬੰਦੇ ਯੋਗ ਨੇ ਸਾਨੂੰ ਲੱਗਦੇ ਨੇ ਸ਼ਰਮਣੀ ਕਮੇਟੀ ਦਵੇ ਪੈਨਲ ਪੰਥ ਨੂੰ ਕਿ ਆਹ 5 ਬੰਦੇ 7 ਬੰਦੇ ਸਾਨੂੰ ਯੋਗ ਲੱਗਦੇ ਨੇ ਇਹਨਾਂ ਵਿੱਚੋਂ ਚੋਣ ਕਰੋ ਕਿ ਕਿਹੜਾ ਬੰਦਾ ਅਕਾਲ ਤਖਤ ਦੇ ਜਥੇਦਾਰ ਦੀ ਯੋਗਤਾ ਰੱਖਦਾ ਪੂਰਾ ਪੰਥ ਨੂੰ ਵੋਟ ਪਾਵੇ ਦੁਨੀਆ ਭਰ ਦਾ ਸਿੱਖ ਵੋਟ ਪਾਵੇ 10 ਦਿਨ 15 ਦਿਨ 20 ਦਿਨ 50 ਦਿਨ ਲੱਗ ਜਾਣਗੇ ਉਹਦੀ ਨੁਕਤੀ 5 ਸਾਲ ਲਈ ਹੋਵੇ ਤੇ ਉਹ ਬਾਕੀ ਬਾਕੀ ਚਾਰ ਸਿੰਘ ਸਹਿਬਾਨਾਂ ਦੀ ਨੁਕਤੀ ਕਰਨ ਦੇ ਅਧਿਕਾਰ ਫਿਰ ਉਹਨੂੰ ਦੇ ਦਿੱਤੇ। ਓਕੇ 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 ਭਾਈ ਬਗੜੀ ਰਿਪੋਰਟ ਕੀਤਾ ਜਾ ਸਕਦਾ ਹੈ। ਭਾਈ ਬਗੜੀ ਜੀ ਸੰਖੇਪ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਲਈ ਇਹ ਜਾਣਨਾ ਚਾਹੁੰਦੇ ਹਾਂ ਕਿ ਕਿ ਤੁਸੀਂ ਵੀ ਇਸ ਮਾਮਲੇ 'ਚ ਬੜੀ ਵਿਦਵਤਾ ਰੱਖਦੇ ਹੋ ਕਿ ਸਿੰਘ ਸਹਿਬਾਨ ਦੀ ਜਿਹੜੀ ਨਿਯੁਕਤੀ ਹੈ ਉਹਦੇ ਤੇ ਵੀ ਕੁਐਸਚਨ ਹੋ ਰਿਹਾ ਕਿ ਨਿਯੁਕਤੀ ਇਸ ਢੰਗ ਦੀ ਹੋਣੀ ਚਾਹੀਦੀ ਹੈ। ਕੋਈ ਕਿਸੇ ਦਵਾ ਦੇ ਹੇਠ ਆਉਣ ਹੀ ਨਾ ਬਰੀਫ ਦੇ ਵਿੱਚ ਅਸੀਂ ਜਾਣਨਾ ਚਾਹਾਂਗੇ। ਦੇਖੋ ਇਹ ਬਿਲਕੁਲ ਠੀਕ ਗੱਲ ਹੈ ਵੀ ਇਹਦੀ ਜਿਹੜੀ ਨਿਯੁਕਤੀ ਹੈ ਉਹ ਸਭ ਪ੍ਰਵਾਨਿਤ ਹੋਣੀ ਚਾਹੀਦੀ ਹੈ। ਹਮਮ ਔਰ ਉਹਦੇ ਸ਼ਰਤ ਜ ਉਹ ਤੁਹਾਨੂੰ ਗੁਰਬਾਣੀ ਚ ਮਿਲਦੀ ਹੈ ਤਖਤ ਵੈਸੇ ਤਖਤੇ ਕੀ ਲਾਇਕ ਉਹ ਤਖਤ ਦੇ ਬੈਠਣ ਦੇ ਲਾਇਕ ਵੀ ਹੋਣਾ ਚਾਹੀਦਾ ਉਹ ਤਾਂ ਹਰ ਰੋਤ ਹੋਵੇ ਦੇ ਵੈਸੇ ਲਾਗੂ ਹੁੰਦੀ ਹੈ ਜਿਹੜੀ ਹਰ ਹੀ ਤੇ ਲਾਗੂ ਹੁੰਦੀ ਹੈ ਸੋ ਇਹ ਜਿਹੜੀ ਚੀਜ਼ ਹੈ ਇੰਨੀ ਉੱਚ ਪਦਵੀ ਤੇ ਜਿਹੜਾ ਬੈਠਣਾ ਹੈ ਉਸ ਦਾ ਬਲਕੇ ਨੌਰ ਰਿਕਮੈਂਡ ਕਰਨ ਵਾਲੇ ਨੂੰ ਹੀ ਸੋਚਣਾ ਚਾਹੀਦਾ ਹੈ ਵੀ ਆਇਆ ਉਸ ਦੇ ਕਾਬਲ ਹੈ ਕਿ ਨਹੀਂ ਤੁਸੀਂ ਹੈਰਾਨ ਹੋਵੋਗੇ ਪਿੱਛੇ ਦੇ ਪਾਪ ਨੂੰ ਵੋਟਾਂ ਪਾਉਣੀਆਂ ਸੀ ਇੱਕ ਪਾਪ ਜਿਹੜਾ ਇੱਕ ਵੋਟਰ ਇੰਗਲੈਂਡ ਦਾ ਪਾਪ ਹੈ ਸੀਨੀਅਰ ਜੀ ਉਸਨੇ ਇਹ ਕਹਿ ਕੇ ਮਾਫੀ ਮੰਗੀ ਕਿ ਮੇਰਾ ਜਿਹੜਾ ਨਿੱਜੀ ਜੀਵਨ ਹੈ ਉਹ ਵੋਟ ਪਾਉਣ ਦਾ ਮੈਨੂੰ ਅਧਿਕਾਰੀ ਨਹੀਂ ਦਿੰਦਾ ਨਾ ਯੈਸ ਇਜਾਜ਼ਤ ਨਹੀਂ ਦਿੰਦਾ ਮੇਰਾ ਆਪਣਾ ਰੋਲ ਸੋ ਉਸ ਕਿਸਮ ਦੇ ਕੌਂਸਲੈਂਟਸ ਵਾਲੇ ਜਿਹੜੇ ਬੰਦੇ ਇੱਥੇ ਬੈਠਣ ਫਿਰ ਉਹ ਇਹ ਰੱਖਣ ਵੀ ਹਾਂ ਠੀਕ ਹੈ ਮੈਨੂੰ ਇਹ ਪੰਥ ਨੇ ਸੇਵਾ ਬਖਸ਼ੀ ਹੈ ਤੇ ਉਹ ਨੂੰ ਫਿਰ ਪੰਥ ਦੀ ਜੇ ਉਸ ਤਰ੍ਹਾਂ ਦੇਖਿਆ ਜਾਏ ਤਾਂ ਮੈਂ ਹੁਣ ਬੋਰਗਗੇ ਚ ਰਹਿ ਜਾਣਾ ਨਹੀਂ ਇਸੇ ਹੁਣ ਸਮਾਂ ਘਾਟੇਗਾ ਬਸ ਛੋਟਾ ਹੀ ਕਰੂੰਗਾ ਜਥੇਦਾਰ ਇਕੱਲਾ ਫੈਸਲਾ ਲੈ ਹੀ ਨਹੀਂ ਸਕਦਾ ਓਕੇ ਠੀਕ ਹੈ ਇਹ ਪ੍ਰਵਾਨਿਤ ਜਿਹੜਾ ਹੋਵੇ ਫੈਸਲਾ ਸੰਗੀ ਸੰਗਤੀ ਫੈਸਲਾ ਹੋਵੇ ਜੀ ਉਹ ਜਿਹੜਾ ਫੈਸਲਾ ਹੈ ਉਸ ਨੂੰ ਜਥੇਦਾਰ ਅਨਾਉਂਸ ਕਰਨ ਹਮ ਔਰ ਫਿਰ ਉਸ ਨੂੰ ਲਾਗੂ ਕਰਨਾ ਇਹ ਜਥੇਦਾਰ ਦਾ ਕੰਮ ਹੈ ਜਥੇਦਾਰ ਦਾ ਕੰਮ ਆਪਣੇ ਤੌਰ ਤੇ ਫੈਸਲਾ ਲੈਣਾ ਕਿਸੇ ਜਥੇਦਾਰ ਦਾ ਕੰਮ ਮੇਰੀ ਸਮਝ ਨਾਲ ਬਣਦਾ ਹੀ ਨਹੀਂ ਸਾਡੀ ਸਾਡੀ ਮर्यादा ਦੇ ਵਿੱਚ ਨਹੀਂ ਬਣਦਾ ਓਕੇ ਓਕੇ ਪ੍ਰੈਸਰ ਜਦੋਂ ਆਪਾਂ ਗੱਲ ਕਰਦੇ ਆ ਸਿੰਘ ਸਹਿਬਾਨ ਦੀ ਅਕਾਲ ਤਖਤ ਦੇ ਜਥੇਦਾਰ ਦੀ ਉਹਦੀ ਮर्यादा ਦੀ ਉਹਦੇ ਰਿਸਪੈਕਟ ਦੀ ਇਹਨਾਂ ਦਿਨਾਂ 'ਚ ਜਿੱਥੋਂ ਤੱਕ ਜਦੋਂ ਪੰਜੋਲੀ ਜੀ ਨੇ ਕਿਹਾ ਵੀ ਕੁਝ ਫੈਸਲਿਆਂ ਦੇ ਉੱਤੇ ਜਿਹੜੇ ਗਲਤ ਫੈਸਲੇ ਹੁੰਦੇ ਆ ਆਲੋਚਨਾ ਕਰਨਾ ਜਿੱਦਾਂ ਭਾਈ ਬਾਗੜੀਏ ਨੇ ਕਿਹਾ ਵੀ ਸਾਡਾ ਇਹ ਵੀ ਇੱਕ ਡਿਊਟੀ ਬਣਦੀ ਹੈ ਪਰ ਜਿਸ ਤਰ੍ਹਾਂ ਦੀ ਕਈ ਵਾਰੀ ਕੁਝ ਪਾਸ਼ਾ ਵਰਤੀ ਜਾ ਰਹੀ ਹੈ ਇੱਕ ਦੋ ਦਿਨਾਂ ਦੇ ਅੰਦਰ ਸਦਾ ਸਿੰਘ ਸਹਿਬਾਨ ਦੇ ਸ਼ਾਇਦ ਗੁਰਦਾਸਪੁਰ ਜਾਂ ਹੋਰ ਇਦਾਂ ਪੁਤਲੇ ਵੀ ਸਾੜੇ ਗਏ ਆ। ਉਸ ਤੋਂ ਲੱਗਦਾ ਨਹੀਂ ਕਿ ਥੋੜਾ ਇਹ ਵੀ ਆਪ ਸਾਨੂੰ ਆਪਣੇ ਆਪ ਤੋਂ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਵਿਰੋਧ ਕਰਦੇ ਆ ਵੀ ਸੰਜਮ ਦੀ ਜ਼ਰੂਰਤ ਹੈ। ਉੱਥੇ ਉਹੀ ਮਤਲਬ ਹੈ ਜਦੋਂ ਰਾਜਨੀਤੀ ਸਿਰਾਂ ਕੱਢ ਕੇ ਆ ਜਾਏ ਨਾ ਉਦੋਂ ਅਸੀਂ ਗੁਰਬਾਣੀ ਭੁੱਲ ਜਾਂਦੇ ਆ। ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ। ਓਕੇ ਜਿਸ ਸਿੱਖ ਨੇ ਇਹ ਬਾਣੀ ਪੜ੍ਹੀ ਆ ਉਹ ਮਾੜੀ ਭਾਸ਼ਾ ਬੋਲ ਨਹੀਂ ਸਕਦਾ। ਓਕੇ ਵਰਤ ਨਹੀਂ ਸਕਦਾ। ਉਹ ਮਿੱਠੀ ਭਾਸ਼ਾ ਹੀ ਵਰਤੇਗਾ। ਵਿਅੰਗ ਵੀ ਕਰੇਗਾ। ਲੇਕਿਨ ਫਿਰ ਵੀ ਤਿੱਖੀ ਭਾਸ਼ਾ ਬੋਲਦੇ ਆ ਵੀ ਉਹ ਸੰਜਮ ਰੱਖੇਗਾ ਜੀ ਜੀ ਰੋ ਉਹਦੇ ਅੰਦਰ ਪੈਦਾ ਹੋ ਸਕਦਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਜਿਸ ਸੰਵੇਦਨਸ਼ੀਲ ਮੁੱਦੇ ਤੇ ਦੋ ਪੜਾਵੀ ਚਰਚਾ ਕੀਤੀ ਹੈ ਉਹਦੇ ਲਈ ਮੈਂ ਪਾਗੀ ਬਾਗੜੀਆਂ ਜੀ ਪੰਜੋਲੀ ਜੀ ਔਰ ਪ੍ਰੋਫੈਸਰ ਸ਼ਾਮ ਸਿੰਘ ਤਿੰਨਾਂ ਦਾ ਧੰਨਵਾਦੀ ਹਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਜਿਹੜੇ ਪੰਜਾਬੀਆਂ ਦੇ ਅਹਿਮ ਮੁੱਦੇ ਆ ਚਾਹੇ ਪੰਜਾਬੀ ਦੇਸ਼ 'ਚ ਬੈਠੇ ਆ ਵਿਦੇਸ਼ 'ਚ ਬੈਠੇ ਆ ਉਹਨਾਂ ਮੁੱਦਿਆਂ ਦੇ ਉੱਤੇ ਸਾਡੇ ਚੈਨਲ ਤੋਂ ਬਗੈਰ ਕਿਸੇ ਤਰ੍ਹਾਂ ਦਾ ਪੱਖਪੂਰਿਆ ਅਸੀਂ ਡਿਬੇਟ ਤੇ ਜਿਹੜਾ ਹੈਗਾ ਸੁਨੇਹਾ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਔਰ ਜਿਹੜਾ ਵੀ ਪ੍ਰੋਗਰਾਮ ਹੈ ਉਹਦੇ ਬਾਰੇ ਤੁਸੀਂ ਕੋਈ ਵੀ ਆਪਣੀ رائے ਦੇਣੀ ਹੋਵੇ ਤਾਂ ਸਾਡੇ ਲਈ ਇਸ ਪ੍ਰੋਗਰਾਮ ਦਾ ਪਤਾ ਹੈ ਜਗਤਾਰ ਸਿੱਧੂ @globalpunjabtv.com